ਵਿੱਚ ਪੋਸਟਾਂ ਕੱਢੀਆਂ ਸੀ ਜੀ ਅਸੀਂ ਕਲੀਅਰ ਹੋਏ ਬੈਠੇ ਆ ਸਾਡੇ ਸਾਰੇ ਡਾਕੂਮੈਂਟ ਚੈੱਕ ਹੋ ਚੁੱਕੇ ਆ ਕਾਉਂਸਲਿੰਗ ਹੋ ਚੁੱਕੀ ਆ ਸਾਨੂੰ ਹਲੇ ਤੱਕ ਭਰਤੀ ਨਹੀਂ ਕੀਤਾ ਤੇ ਆਹ ਨਵੀਂ ਐਡਵਰਟਾਈਜ਼ਮੈਂਟ ਕੱਢ ਦਿੱਤੀ ਗਈ ਆ ਦੱਸੋ ਹੁਣ ਅਸੀਂ ਕੀ ਕਰੀਏ ਅਸੀਂ ਹਾਏ ਹਾਏ ਦੇ ਮੁਰਦੇ ਲਾਵਾਂਗੇ ਹੁਣ ਹੁਣ ਸਾਡਾ ਹੱਲ ਕਰੋ ਨਹੀਂ ਤਾਂ ਅਸੀਂ ਜਾਮ ਕਰਾਂਗੇ ਸਭ ਕੁਝ ਪੈਸੇ ਇਕੱਠੇ ਕਰਨ ਲਈ ਸਭ ਕੁਝ ਇਹ ਕੀਤਾ ਜਾ ਰਿਹਾ ਜਦੋਂ ਅਸੀਂ ਬੈਠੇ ਆ ਅਸੀਂ ਇੰਨੇ ਚਿਰ ਤੇ ਬੈਠੇ ਆ ਮਹੀਨੇ ਤੋਂ ਵੱਧ ਸਾਨੂੰ ਹੋ ਚੁੱਕਿਆ ਅਸੀਂ ਬੈਠੇ ਆ ਸਾਡੀ ਗੱਲ ਸੁਣੀ ਨਹੀਂ ਜਾ ਰਹੀ ਤੇ ਇਹ ਨਵੀਆਂ ਨਵੀਆਂ ਪੋਸਟਾਂ ਨਿਕਲੀਆਂ ਜਾ ਰਹੀਆਂ ਨੇ ਜਦ ਅਸੀਂ ਓਵਰ ਏਜ ਹੋ ਚੁੱਕੇ ਆ ਅਸੀਂ ਦੱਸੋ ਕਿੱਧਰ ਜਾਈਏ ਸਾਡੇ ਇੱਕ ਬੰਦੇ ਨੇ ਸੁਸਾਈਡ ਵੀ ਕਰ ਲਿਆ ਹੈ ਤੁਹਾਡਾ ਕਿੰਨੀ ਦੇਰ ਤੋਂ ਇੱਥੇ ਬੈਠੇ ਹੋ ਅਸੀਂ ਜੀ ਮਹੀਨਾ ਹੋ ਗਿਆ ਇਸ ਇੰਨੀ ਗਰਮੀ ਦੇ ਵਿੱਚ ਅਸੀਂ ਬੱਚੇ ਲੈ ਕੇ ਬੈਠੇ ਆ ਛੋਟੇ ਛੋਟੇ ਬੱਚੇ ਆ ਜੀ ਸਾਡੇ ਸੀਐਮ ਸਾਹਿਬ ਕਦੀ ਨਹੀਂ ਮਿਲੇ ਤੁਹਾਨੂੰ ਜਦੋਂ ਨਹੀਂ ਜੀ ਕਦੇ ਵੀ ਨਹੀਂ ਮਿਲੇ ਹੈਗੇ ਕੋਈ ਮੈਂਬਰ ਨਹੀਂ ਜੀ ਉਹਨਾਂ ਦੀ ਭੈਣ ਉਰੇ ਆਈ ਸੀ ਅਸੀਂ 2 ਮਿੰਟ ਗੱਲ ਕਰਨ ਲਈ ਉਹਨਾਂ ਕੋਲ ਆਏ ਆ ਉਹ ਗੱਡੀ ਭਜਾ ਕੇ ਲੈ ਗਏ ਆ ਜੀ ਉੱਥੋਂ ਦਾ ਜਾਂ ਉਰੇ ਦਾ ਕੋਈ ਐਮਐਲਏ ਤੁਹਾਨੂੰ ਮਿਲਿਆ ਹੋਵੇ ਨਹੀਂ ਜੀ ਕੋਈ ਨਹੀਂ ਸਾਨੂੰ ਮਿਲਣ ਆਇਆ ਅਸੀਂ ਦਫ਼ਤਰਾਂ 'ਚ ਧੱਕੇ ਖਾ ਕੇ ਦੇਖ ਲਏ ਆ ਕੋਈ ਪੁੱਛਦੇ ਪ੍ਰਤੀਤ ਨਹੀਂ ਸਾਨੂੰ ਸਗੋਂ ਕੱਢ ਦਿੰਦੇ ਆ ਧੱਕੇ ਮਾਰ ਕੇ ਡੀਸੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਉਹਨਾਂ ਨੇ ਵੀ ਕੋਈ ਚੱਜ ਦਾ ਬਿਹੇਵ ਨਹੀਂ ਕੀਤਾ ਸਾਡੇ ਨਾਲ ਲਰਨ ਕਰਕੇ ਪੇਪਰ ਉਹ ਵੀ ਪਾਸ ਕਰਤਾ ਪਾਸ ਕਰਨ ਤੋਂ ਬਾਅਦ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਗਏ ਜੀ ਡਾਕੂਮੈਂਟ ਵੈਰੀਫਿਕੇਸ਼ਨ ਸਭ ਕੁਝ ਹੋਇਆ ਪਿਆ ਸਾਨੂੰ ਨੌਕਰੀਆਂ ਤੇ ਨਹੀਂ ਚੜ੍ਹ ਗਿਆ ਸਾਨੂੰ ਨਾ ਨਿਯੁਕਤੀ ਪੱਤਰ ਦਿੱਤੇ ਗਏ ਨੇ ਅੱਜ ਇਹਨਾਂ ਨੇ ਆ ਦੇਖੋ ਜੀ ਦੁਬਾਰਾ ਪੋਸਟਾਂ ਜਾਰੀ ਕਰਦੀਆਂ ਨੇ ਜਦੋਂ ਇਹਨਾਂ ਨੂੰ ਪਹਿਲਾਂ ਪੋਸਟਾਂ ਦੀ ਕਲਰਕ ਦੇ ਬੱਚਿਆਂ ਦੀ ਲੋੜ ਸੀ ਤਾਂ ਉਦੋਂ ਇਹਨਾਂ ਨੇ ਸਾਨੂੰ ਕਿਉਂ ਨਹੀਂ ਰੱਖਿਆ ਹੁਣ ਤਾਂ ਸਿੱਧਾ ਸਿੱਧਾ ਇਹ ਪਤਾ ਲੱਗ ਰਿਹਾ ਕਿ ਇਹ ਪੈਸੇ ਇਕੱਠੇ ਕਰਨ ਵਾਸਤੇ ਨਵੀਆਂ ਪੋਸਟਾਂ ਕੱਢੀਆਂ ਗਏ ਨੇ ਸਾਡੇ ਅਸੀਂ ਬੇਰੋਜ਼ਗਾਰ ਪਹਿਲੀ ਬੈਠੇ ਆ ਮੁੱਖ ਮੰਤਰੀ ਮਹੀਨਾ ਸਾਨੂੰ ਉਰੇ ਹੋ ਗਿਆ ਉਦੋਂ ਤਾਂ ਮੁੱਖ ਮੰਤਰੀ ਦਾ ਪਤਾ ਨਹੀਂ ਲੱਗਾ ਕਿ ਸਾਡੇ ਕੋਠੀ ਦੇ ਬਾਹਰ ਬੈਠੇ ਨੇ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਸੀ ਸਾਡਾ ਤੇ ਸਾਡੇ ਪਹਿਲਾਂ ਇੱਕ ਬੰਦੇ ਨੇ ਵੀ ਸੁਸਾਈਡ ਕਰ ਲਿਆ ਮੁੱਖ ਮੰਤਰੀ ਸਾਹਿਬ ਤੁਸੀਂ ਨਸ਼ਿਆਂ ਨੂੰ ਵੀ ਪ੍ਰਮੋਟ ਕਰ ਰਹੇ ਹੋ ਜੇ ਇਸ ਬੰਦਿਆਂ ਨੂੰ ਨੌਕਰੀਆਂ ਨਹੀਂ ਮਿਲੂ ਬੇਰੋਜ਼ਗਾਰ ਅਨਇੰਪਲਾਈਮੈਂਟ ਹੋਊਗੀ ਲੋਕੀ ਨਸ਼ਿਆਂ ਵੱਲ ਜਾਣਗੇ ਬੇਰੋਜ਼ਗਾਰੀ ਵਧੂ ਸੁਸਾਈਡ ਨੋਟ ਵਧਣਗੇ ਤੁਸੀਂ ਸਾਡਾ ਹੱਲ ਕਰੋ ਪਹਿਲਾਂ ਸਾਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਜਿਹੜੇ ਸਾਡੇ ਭਾਈ ਹੋਰ ਓਵਰ ਏਜ ਹੋ ਚੁੱਕੇ ਨੇ ਉਹਨਾਂ ਨੂੰ ਪਹਿਲਾਂ ਨੌਕਰੀ ਮਿਲੇ।